ਪੰਜਾਬ ਪੁਲਿਸ ਅਤੇ ਗੈਂਗਸਟਰ ਦਰਮਿਆਨ ਮੁੱਠਭੇੜ ਹੋਈ ਹੈ, ਜਿਸ ਦੇ ਵਿੱਚ ਪੁਲਿਸ ਅਤੇ ਗੈਂਗਸਟਰ ਦਰਮਿਆਨ ਗੋਲੀਆਂ ਚੱਲੀਆਂ ਨੇ। ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਗੈਂਗਸਟਰ ਜਿਸ ਨੇ ਸੁਨਿਆਰੇ ਦੀ ਦੁਕਾਨ ਤੇ ਗੋਲੀਆਂ ਚਲਾਈਆਂ ਸੀ, 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਹੈਰੀ ਚੱਠਾ ਦੇ ਨਾਮ ਤੇ ਉਸ ਨੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਗੈਂਗਸਟਰ ਮਲਕੀਤ ਸਿੰਘ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪੁਲਿਸ, ਤਾਂ ਉਸ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ, ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਅਤੇ ਉਸ ਦੇ ਪੈਰ ਦੇ ਵਿੱਚ ਗੋਲੀ ਲੱਗੀ, ਜਿਸ ਨੂੰ ਕਾਬੂ ਕਰ ਲਿਆ ਗਿਆ। ਤਾਂ ਬਟਾਲਾ ਦੇ ਵਿੱਚ ਇਹ ਇਨਕਾਊਂਟਰ ਹੋਇਆ ਹੈ। ਬਟਾਲਾ ਪੁਲਿਸ ਲਈ ਸਿਰਦਰਦੀ ਬਣਿਆ ਹੋਇਆ ਸੀ ਗੈਂਗਸਟਰ ਮਲਕੀਤ ਸਿੰਘ, ਜੋ ਗੈਂਗਸਟਰ ਹੈਰੀ ਚੱਠਾ ਦਾ ਨਾਮ ਲੈ ਕੇ ਲੋਕਾਂ ਤੋਂ ਫਿਰੌਤੀਆਂ ਮੰਗਦਾ ਸੀ, ਅਤੇ ਬੀਤੇ ਦਿਨ ਵੀ ਇਸ ਨੇ ਸ੍ਰੀ ਹਰਗੋਬਿੰਦਪੁਰ ਦੇ ਇੱਕ ਸੁਨਿਆਰੇ ਦੀ ਦੁਕਾਨ ਤੇ ਗੋਲੀ ਚਲਵਾਈ ਸੀ ਅਤੇ ਉਹਨਾਂ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਪਰ ਪੁਲਿਸ ਨੇ ਹੁਣ ਇਸ ਗੈਂਗਸਟਰ ਨੂੰ ਕਾਬੂ ਕਰ ਲਿਆ ਅਤੇ ਇਹ ਜਦੋਂ ਆਪਣੀ ਮਰਸੀਡੀਜ਼ ਗੱਡੀ ਦੇ ਵਿੱਚ ਸਵਾਰ ਹੋ ਕੇ ਘੁੰਮ ਰਿਹਾ ਸੀ, ਪੁਲਿਸ ਨੂੰ ਇਤਲਾਹ ਮਿਲੀ ਤਾਂ ਪੁਲਿਸ ਨੇ ਇਸ ਦਾ ਪਿੱਛਾ ਕੀਤਾ, ਜਿਸ ਦੌਰਾਨ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਨੇ ਗੱਡੀ ਭਜਾ ਲਈ ਅਤੇ ਪੁਲਿਸ ਤੇ ਵੀ ਫਾਇਰਿੰਗ ਕਰ ਦਿੱਤੀ। ਪੁਲਿਸ ਦੇ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ, ਜਿਸ ਦੇ ਵਿੱਚ ਇਸ ਦੇ ਪੈਰ ਤੇ ਗੋਲੀ ਲੱਗੀ ਹੈ। SSP ਬਟਾਲਾ ਅਸ਼ਵਨੀ ਗੁਟਿਆਲ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਕਿ ਇਸ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਅਤੇ ਇਹ ਸਾਬਕਾ ਸਰਪੰਚ ਦਾ ਪੁੱਤਰ ਹੈ ਅਤੇ ਇੱਕ ਮੈਡੀਕਲ ਸਟੋਰ ਚਲਾਉਂਦਾ ਹੈ। ਇਹ ਵੱਖ-ਵੱਖ ਲੋਕਾਂ ਕੋਲੋਂ ਫਿਰੌਤੀ ਮੰਗਦਾ ਸੀ ਤੇ ਆਪਣੇ ਗੁਰਗਿਆਂ ਦੇ ਕੋਲੋਂ ਗੋਲੀ ਚਲਵਾਉਂਦਾ ਸੀ, ਜਿਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ। ਤਾਂ ਕਈ ਲੋਕਾਂ ਤੋਂ ਇਹ ਫਿਰੌਤੀ ਮੰਗ ਚੁੱਕਿਆ ਸੀ, ਹੁਣ ਵੀ ਇੱਕ ਸੁਨਿਆਰੇ ਦੀ ਦੁਕਾਨ ਤੇ ਇਸ ਨੇ ਗੋਲੀ ਚਲਵਾਈ ਸੀ। 50 ਲੱਖ ਰੁਪਏ ਦੀ ਇਸ ਨੇ ਫਿਰੌਤੀ ਮੰਗੀ ਸੀ। ਹਾਲਾਂਕਿ ਇਹ ਖੁਦ ਮੈਡੀਕਲ ਸਟੋਰ ਚਲਾਉਂਦਾ ਹੈ, ਇੱਕ ਸਾਬਕਾ ਸਰਪੰਚ ਦਾ ਪੁੱਤਰ ਹੈ ਤੇ ਇਹ ਗੈਂਗਸਟਰ ਹੈਰੀ ਚੱਠਾ ਦੇ ਨਾਮ ਤੇ ਲੋਕਾਂ ਤੋਂ ਫਿਰੌਤੀਆਂ ਮੰਗਦਾ ਸੀ। ਇਸ ਦਾ ਨਾਮ ਮਲਕੀਤ ਸਿੰਘ ਹੈ, ਜਿਸ ਨੂੰ ਹੁਣ ਪੁਲਿਸ ਨੇ ਕਾਬੂ ਕਰ ਲਿਆ। ਬਟਾਲਾ ਪੁਲਿਸ ਲਈ ਇਹ ਸਿਰਦਰਦੀ ਬਣਿਆ ਹੋਇਆ ਸੀ। ਇਲਾਕੇ ਦੇ ਵਿੱਚ ਦਹਿਸ਼ਤ ਫੈਲਾਉਂਦਾ ਸੀ, ਫਿਰੌਤੀਆਂ ਮੰਗਦਾ ਸੀ, ਨਾ ਦੇਣ ਦੀ ਸੂਰਤ ਵਿੱਚ ਆਪਣੇ ਗੁਰਗਿਆਂ ਤੋਂ ਗੋਲੀ ਚਲਾ ਦਿੰਦਾ ਸੀ। ਇਸ ਦਾ ਨਾਮ ਹੈ ਮਲਕੀਤ ਸਿੰਘ, ਜੋ ਗੈਂਗਸਟਰ ਹੈਰੀ ਚੱਠਾ ਦੇ ਨਾਮ ਤੇ ਫਿਰੌਤੀ ਮੰਗਦਾ ਸੀ, ਜਿਸ ਨੂੰ ਪੁਲਿਸ ਨੇ ਹੁਣ ਕਾਬੂ ਕਰ ਲਿਆ ਹੈ। ਪਹਿਲੇ ਵੀ ਇਹਦੇ ਤੇ ਐਕਸਟੋਰਸ਼ਨ ਦੀ ਜੋ ਹੈਗਾ ਜਾਂ ਫਿਰੌਤੀ ਜਿਹਨਾਂ ਨੂੰ ਕਹਿੰਦੇ ਆਪਾਂ, ਫਿਰੌਤੀ ਦਾ ਇਹਨਾਂ ਦੇ ਉੱਤੇ ਪਰਚੇ ਵੀ ਹੈਗੇ ਆ। ਪਿਛਲੇ ਸਾਲ ਵੀ ਇਹ ਬਟਾਲਾ ਪੁਲਿਸ ਵੱਲੋਂ ਇਹ ਫੜਿਆ ਗਿਆ ਸੀਗਾ, ਉਹਦੇ 'ਤੇ ਵੀ ਇਹ ਜੇਲ੍ਹ ਕੱਟ ਕੇ ਆਇਆ ਸੀ, ਲੇਕਿਨ ਫਿਰ ਉਹਨੇ ਇਹੀ ਕੰਮ ਸ਼ੁਰੂ ਕੀਤਾ ਸੀਗਾ। ਕੱਲ੍ਹ ਸ਼੍ਰੀ ਹਰਗੋਬਿੰਦਪੁਰ ਦੇ ਇੱਕ ਸੁਨਿਆਰੇ ਦੇ ਦੁਕਾਨ ਦੇ ਉੱਤੇ ਜੋ ਕੰਜ ਦੇ ਜੋ ਬੂਆ ਹੁੰਦੀ ਹੈ ਉਹਦੇ 'ਤੇ ਇੰਨੇ ਗੋਲੀ ਮਰਵਾਏ ਸੀਗੇ, ਤੋ ਉਹਦੇ 'ਤੇ ਕੰਮ ਕਰਦੇ ਹੋਏ, ਸਵਿਫਟਲੀ ਕੰਮ ਕਰਦੇ ਹੋਏ, ਵਿਦਇਨ 4 ਆਵਰਸ 4 ਘੰਟੇ ਦੇ ਅੰਦਰ ਅੰਦਰ ਹੀ ਇਹ ਜੋ ਕੇਸ ਜੋ ਟਰੇਸ ਹੋ ਗਿਆ ਸੀਗਾ, ਇਹ 'ਤੇ ਪਤਾ ਚੱਲਿਆ ਸੀ ਕਿਹਨੇ ਇਹ ਕਾਲ ਕਰਵਾਇਆ ਸੀਗਾ। ਇਹਨੇ ਕਾਲ ਕੀਤੀ ਸੀ ਇੱਕ ਹੈਰੀ ਚੱਠੇ ਦੇ ਨਾਂ 'ਤੇ ਇਹਨੇ ਕਾਲ ਕਰਾਇਆ ਸੀਗਾ, ਲੇਕਿਨ ਉਹ ਆਪਣੇ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਸਾਹਮਣੇ ਆਈ ਕਿ ਇਹ ਲੋਕਲ ਹੈਗਾ ਔਰ ਇੱਥੇ ਬਟਾਲੇ ਦੇ ਹੀ ਰਹਿਣ ਵਾਲਾ ਹੈਗਾ ਜੀ। ਇਸ 'ਤੇ ਜੇ ਫੈਮਿਲੀ ਬੈਕਗਰਾਊਂਡ ਦੀ ਗੱਲ ਕੀਤੀ ਜਾਵੇ ਤਾਂ ਉਹ ਕੀ? ਇਹਦਾ ਪੂਰਾ ਆਪਣਾ ਕਰਨੀ ਹੈ ਜੀ, ਕਿਉਂਕਿ ਇਹ ਕੱਲ੍ਹ ਦਾ ਹੀ ਕੇਸ ਹੈਗਾ, ਬਟ ਜੋ ਸੁਣਨ 'ਚ ਆਇਆ ਇਹ ਇੱਕ ਸਰਪੰਚ ਦਾ ਬੇਟਾ ਹੈਗਾ ਔਰ ਇਹ ਖੁਦ ਵੀ ਤੋਂ ਜੋ ਹੈਗਾ ਮੈਡੀਕਲ ਦਾ ਇਹ ਦੁਕਾਨ ਚਲਾਉਂਦਾ ਸੀਗਾ ਜੀ। ਜੇ ਇਸ ਦੇ ਪਿਛੋਕੜ ਦੀ ਗੱਲ ਹੋ ਗਈ, ਇਸ ਦੀ ਬਰਥਡੇਜ਼ ਦੀ ਗੱਲ ਹੋ ਗਈ, ਜਦੋਂ ਇਸ ਨੂੰ ਟਰੇਸ ਕੀਤਾ ਗਿਆ ਕਿੰਨਾ ਕੁ ਚੈਲੇਂਜਿੰਗ ਹੋਇਆ? ਕਿਉਂਕਿ ਕਾਰ ਲਗਜ਼ਰੀ ਕਾਰ ਹੈ, ਇਸ ਦੀ ਵੀ ਸਪੀਡ ਹੋਏਗੀ, ਤੁਹਾਡੀ ਟੀਮ ਦੀ ਵੀ ਸਪੀਡ ਹੋਏਗੀ, ਕਿੰਨਾ ਕੁ ਖਤਰਨਾਕ ਸੀ ਇਹਨੂੰ ਫੜਨਾ? ਨਹੀਂ ਜੀ, ਇਹ ਬਿਲਕੁਲ ਹੀ ਬਹੁਤ ਡੇਂਜਰਸ ਸੀਗਾ, ਜਿਵੇਂ ਤੁਸੀਂ ਦੇਖ ਰਹੇ ਹੋ ਕਿ ਸਵੇਰ ਤੋਂ ਮੀਂਹ ਪੈ ਰਹੀ ਹੈਗੀ ਆ ਔਰ ਤਕਰੀਬਨ 160-170 ਦੇ ਵਿੱਚ ਜੋ ਗੱਡੀ ਘੁੰਮ ਰਹੀ ਸੀਗੀ, ਜਿਵੇਂ ਅਗਰ ਤੁਸੀਂ ਦੇਖੋਗੇ ਵੀ ਇੱਥੇ ਡੈਡ ਐਂਡ 'ਤੇ ਆ ਕੇ ਤਾਂ ਕਰਕੇ ਰੁਕੀ ਹੈ, ਅਦਰਵਾਈਜ਼ ਇਹ 2 ਘੰਟੇ ਤੋਂ ਸਾਡਾ ਇਹ ਹੌਟ ਚੇਸ ਚੱਲ ਰਿਹਾ ਸੀਗਾ, ਜਿਵੇਂ ਤੁਸੀਂ ਦੇਖਦੇ ਹੋ ਕਿ ਇਹ ਔਰ ਆਪਣੀ ਟੀਮ ਜੋ ਹੈਗੇ ਆ ਵੱਖ-ਵੱਖ ਪੁਆਇੰਟਾਂ ਦੇ ਵਿੱਚ ਵੀ ਲੱਗੇ ਸੀਗੇ, ਕਿਉਂਕਿ ਲਗਜ਼ਰੀ ਗੱਡੀ ਹੈਗੀ 170 ਦੇ ਸਪੀਡ 'ਤੇ ਜਦੋਂ ਜਾਂਦੀ ਹੈ ਤਾਂ ਫਿਰ ਉਹ ਦੂਜੇ ਕੋਈ ਵੀ ਛੋਟੀ ਗੱਡੀ ਤੋਂ ਉਹਦਾ ਮੁਕਾਬਲਾ ਨਹੀਂ ਹੋ ਸਕਦਾ। ਇਹਦੇ ਕਰਕੇ ਸਾਡੇ ਵੱਖ-ਵੱਖ ਪੁਆਇੰਟਾਂ ਦੇ ਵਿੱਚ ਵੀ ਗੱਡੀ ਲੱਗੇ ਸੀਗੇ, ਇੱਕ ਪੁਆਇੰਟ ਦੇ ਉੱਤੇ ਆਪਣੇ ਪੁਲਿਸ ਦੀ ਗੱਡੀ ਨੂੰ ਵੀ ਇੰਨੇ ਹਿੱਟ ਕਰਕੇ ਅੱਗੇ ਆ ਗਿਆ ਸੀ,
ਤਾਂ ਇੱਥੇ ਵੀ ਆ ਕੇ ਜਿਵੇਂ ਪੈਲੀ ਦੇ ਵਿੱਚ ਵੀ ਕੱਚਾ ਰਸਤੇ 'ਚ ਵੀ ਆ ਕੇ ਇੰਨੇ ਗੱਡੀ ਤਾਂ ਕਰਕੇ ਰੁਕਿਆ ਕਿਉਂਕਿ ਇੱਥੇ ਜੋ ਹੈਗਾ ਅੱਗੇ ਜਾਣ ਨੂੰ ਰਸਤਾ ਨਹੀਂ ਸੀਗਾ ਔਰ ਇਸ ਜਦੋਂ ਗੱਡੀ ਰੁਕ ਗਈ ਤਾਂ ਫਿਰ ਇੰਨੇ ਪੁਲਿਸ ਦੇ ਉੱਤੇ ਫਾਇਰ ਵੀ ਕੀਤੀ ਤਾਂ ਉਹਨਾਂ ਦੇ ਸੈਲਫ ਡਿਫੈਂਸ 'ਤੇ ਪੁਲਿਸ ਨੂੰ ਇੱਥੇ ਫਾਇਰ ਕਰਨਾ ਪੈ ਗਿਆ। ਉਸ ਤੋਂ ਬਾਅਦ ਪੈਦਲ ਵੀ ਇੰਨੇ ਅੱਗੇ ਜੋ ਹੈਗਾ 5-6 ਕਿੱਲੇ ਜੋ ਜ਼ਮੀਨ ਦੇ ਵਿੱਚ ਜੋ 2-2 ਫੁੱਟ ਪਾਣੀ ਜਿੱਥੇ ਖੜੀ ਹੈ ਉੱਥੇ ਵੀ ਇਹ ਭੱਜ ਕੇ ਬਾਹਰ ਚਲ ਗਿਆ। ਗੈਂਗਸਟਰ ਵੱਲੋਂ ਕਿੰਨੇ ਰਾਊਂਡ ਫਾਇਰ ਕੀਤੇ ਗਏ ਔਰ ਪੁਲਿਸ ਵੱਲੋਂ ਕਿੰਨੇ ਰਾਊਂਡ ਫਾਇਰ? ਦੇਖੋ ਜੀ ਉਹਨਾਂ ਵੱਲੋਂ 2-3 ਰਾਊਂਡ ਜੋ ਹੈਗਾ ਉਹ ਹਾਲੇ ਤੱਕ ਜੋ ਖੋਲ ਸਾਨੂੰ ਮਿਲੇ ਆ ਉਹ ਮਿਲੇ ਹੈਗੇ ਆ ਔਰ ਪੁਲਿਸ ਵੱਲੋਂ ਵੀ ਜੋ ਹੈਗਾ ਐਟਲੀਸਟ ਜੋ 4 ਰਾਊਂਡ ਜੋ ਹੈਗਾ ਉਹ ਪੁਲਿਸ ਵੱਲੋਂ ਚਲੇ। ਗੈਂਗਸਟਰ ਤੇ ਲੱਗਾ ਕੋਈ ਜੀ? ਗੈਂਗਸਟਰ ਦੇ ਕੋਈ ਗੋਲੀ ਲੱਗੀ ਜਾਂ ਤਾਂ ਆਪਣੇ ਜਵਾਨ ਦੇ? ਨਹੀਂ ਬਿਲਕੁਲ ਬਿਲਕੁਲ ਉਹਨੂੰ ਲੱਗੀ ਹੈਗੀ ਆ, ਉਹਨੂੰ ਪੈਰ 'ਚ ਗੋਲੀ ਲੱਗੀ। ਜਿਵੇਂ ਪੈਲੀ ਦੇ ਵਿੱਚ ਤੁਸੀਂ ਜਾ ਕੇ ਦੇਖੋਗੇ ਤਾਂ ਫਿਰ ਤੁਹਾਨੂੰ ਉੱਥੇ ਪਤਾ ਚੱਲ ਜਾਏਗਾ, ਕੋਰਡਨ ਆਫ ਹੋ ਗਈ ਹੈ ਕ੍ਰਾਈਮ ਸੀਨ। ਬਟ ਉਹਨਾਂ ਦੇ ਪੈਰ 'ਚ ਗੋਲੀ ਲੱਗੀ, ਉਹਨੂੰ ਫਸਟ ਏਡ ਕੇ ਲਈ ਹੈਗਾ ਉਹ ਸਿਵਲ ਹਸਪਤਾਲ ਆਲਰੇਡੀ ਭੇਜ। ਆਪਣੇ ਜਵਾਨ ਸਰ ਸੇਫ? ਆਪਣੇ ਜਵਾਨ ਸੇਫ ਹੋ ਗਏ ਜੀ। ਉਹਨਾਂ ਦੇ ਥੈਂਕਫੁਲੀ ਜੋ ਗੁਰੂ ਦਾ ਮਹਿਰ ਸੀਗਾ ਕਿ ਉਹਨੇ ਉਹ ਦਰਖਤ 'ਚ ਲੱਗੀ, ਉਹਨੂੰ ਡਾਇਰੈਕਟ ਗੋਲੀ ਜੋ ਹੈਗਾ ਉਹ ਨਹੀਂ ਲੱਗੀ। ਕੀ ਲੱਗਦਾ ਕਿੱਡੀ ਇੱਕ ਵੱਡੀ ਕਾਮਯਾਬੀ ਹੋ ਸਕਦੀ ਕਿਉਂਕਿ ਪਿਛਲੇ ਦਿਨਾਂ 'ਚ ਲਗਾਤਾਰ ਗੋਲੀਆਂ ਚੱਲੀਆਂ? ਬੇਸ਼ੱਕ ਤੁਸੀਂ ਪਿਛਲੇ ਕੇਸ ਸਾਰੇ ਮੈਨੇਜ ਕਰ ਲਏ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ, ਹੁਣ ਫਿਰ ਪਿੱਛੇ ਜਿਹੜੀ ਸੁਨਿਆਰੇ ਦੀ ਦੁਕਾਨ 'ਤੇ ਸ਼੍ਰੀ ਹਰਗੋਬਿੰਦਪੁਰ ਵਾਲਾ ਤਾਂ ਟਰੇਸ ਹੋ ਗਿਆ, ਕਿੰਨੇ ਕੁ ਹੋਰ ਕੇਸ ਇਹਦੇ ਕੋਲੋਂ ਹੱਲ ਹੋ ਸਕਦੇ ਆ? ਬਿਲਕੁਲ ਜੀ, ਇਹ ਬਹੁਤ ਵੱਡੀ ਜੋ ਹੈਗਾ ਕਾਮਯਾਬੀ ਬਟਾਲਾ ਪੁਲਿਸ ਵਾਸਤੇ ਮੈਂ ਦੱਸ ਸਕਦੀ ਹਾਂ ਕਿਉਂਕਿ 2-3 ਜੋ ਵਾਰਦਾਤ ਹੈਗੀ ਹੈ ਪਿਛਲੇ 2-3 ਦਿਨ ਦੇ ਵਿੱਚ ਹੋਈ ਹੈਗੀ ਹੈ। ਹਾਲਾਂਕਿ ਕੋਈ ਵੀ ਟਰੇ ਜੋ ਅਨਟਰੇਸ ਨਹੀਂ ਹੈਗੀ, ਇੱਕ ਕੇਸ ਦੇ ਵਿੱਚ ਸਾਨੂੰ ਹਾਲੇ ਬੰਦੇ ਫੜਨਾ ਬਾਕੀ ਰਹਿੰਦਾ, ਲੇਕਿਨ ਉਹ ਵੀ ਹੋ ਜੂਗਾ। ਬਟ ਇਸ ਤਰੀਕੇ ਦਾ ਜਦੋਂ ਕੱਲ੍ਹ ਦੀ ਵਾਰਦਾਤ ਹੈਗੀ ਆ ਔਰ ਅੱਜ ਸਵੇਰ ਤੱਕ ਉਹਦੇ ਬੰਦੇ ਵੀ ਫੜੇ ਜਾਂਦੇ ਹੈਗੇ ਆ ਔਰ ਇਹਦੇ ਵਿੱਚ ਜੋ ਕਿਉਂਕਿ ਇੰਨੇ ਪੁਲਿਸ ਦੇ ਉੱਤੇ ਅਟੈਕ ਵੀ ਕਰਦਾ ਹੈ ਤਾਂ ਫਿਰ ਉਹਨਾਂ ਨੂੰ ਵੀ ਗੋਲੀ ਲੱਗ ਜਾਂਦੀ ਹੈ। ਇਹਦੇ ਕਰਕੇ ਜੋ ਇਹ ਜੋ ਹੈਗਾ ਪਬਲਿਕ ਦਾ ਹੈਗਾ ਉਹਨਾਂ ਦੇ ਇੱਕ ਕੌਨਫੀਡੈਂਸ ਪੁਲਿਸ ਦੇ ਉੱਤੇ ਜ਼ਰੂਰ ਬੜੇਗਾ ਜੀ, ਔਰ ਇਹਦੇ 'ਤੇ ਆਪਣਾ ਮਨੋਬਲ ਵੀ ਜੋ ਪੁਲਿਸ ਦਾ ਹੈਗਾ ਉਹ ਬੜੇਗਾ।